ਹਾਂਜੀ ਕਿਸਾਨ ਵੀਰੋ ਅੱਜ ਜਿਹੜਾ ਆਪਾਂ ਟਰੈਕਟਰ ਲੈ ਕੇ ਆਏ ਆ ਇਹ ਐਗਰੀ ਕਿੰਗ ਦਾ ਏਕੇ ਟੀਚਰਨ ਦਾ ਮਾਡਲ ਲੈ ਕੇ ਆਏ ਆ ਟਰੈਕਟਰ ਵਿੱਚ ਕੰਪਨੀ ਨੇ ਬਹੁਤ ਸੁਧਾਰ ਕਰੇ ਨੇ ਜਿਹੜਾ ਟਰੈਕਟਰ ਹੈ ਐਗਰੀ ਕਿੰਗ ਦਾ ਖਾਸਾ 20 ਸਪੀਡ ਮਾਡਲ ਤੇ ਫਰੰਟ ਤੇ ਵੇਟ ਆ ਟਰੈਕਟਰ ਦੇ ਬਹੁਤ ਸੋਹਣੀ ਲੁੱਕ ਜਿਹੜੀ ਇਹਦੀ 20 ਸਪੀਡ ਟਰਾਂਸਮਿਸ਼ਨ ਗੇਅਰ ਨੇ ਇਹਦੇ ਟਰੈਕਟਰ ਦੇ ਵਿੱਚ ਉਹਦੀਆਂ ਖੂਬੀਆਂ ਨੇ ਪ੍ਰਤੀ ਏਕੜ ਟੇਲ ਖਰਚਾ ਘਟਦਾ ਟਰੈਕਟਰ ਦਾ ਵਧੀਆ ਟਰਾਂਸਮਿਸ਼ਨ ਆ ਟਰੈਕਟਰ ਦਾ ਇਹ ਟਾਇਰਾਂ ਦੀ ਕਸਾਈ ਘਟਦੀ ਆ। ਲਓ ਜੀ ਚੈੱਕ ਕਰ ਲੋ ਟਰੈਕਟਰ ਨੂੰ। 14928 ਦੇ ਟਾਇਰ ਨੇ ਟਰੈਕਟਰ ਦੇ ਵਿੱਚ। ਜੇ ਆਪਾਂ ਟਰੈਕਟਰ ਦੀ ਸਪੀਡ ਦੀ ਗੱਲ ਕਰੀਏ, ਫਾਰਵਰਡ ਸਪੀਡ ਹੈਗੀ ਆ 30.7 ਕਿਲੋਮੀਟਰ ਪ੍ਰਤੀ ਘੰਟੇ ਦੀ ਫਾਰਵਰਡ ਸਪੀਡ ਆ ਟਰੈਕਟਰ। ਤੇ ਬੈਕ ਐਕਸਲ ਦੀ ਗੱਲ ਕਰੀਏ, ਪਲੰਟਰੀ ਡਰਾਈਵ ਐਕਸਲ ਆ ਟਰੈਕਟਰ ਦਾ। ਤੇ ਪੀਟੀਓ ਦੀ ਗੱਲ ਕਰੀਏ, 540 ਸਟੈਂਡਰਡ ਪੀਟੀਓ ਨਾਲ ਮਿਲਦਾ ਟਰੈਕਟਰ। ਹੇਲ ਚ ਬ੍ਰੇਕਰ ਨੇ ਟਰੈਕਟਰ ਦੀਆਂ ਲਿਫਟ ਦੀ ਗੱਲ ਕਰੀਏ ਕਿਸਾਨ ਵੀਰੋ ਮੀਟਾ ਦੀ ਲਿਫਟ ਆ 1800 ਕਿਜੀ ਦੀ ਲਿਫਟ ਆ ਟਰੈਕਟਰ ਦੀ ਜਾਨੀ ਕਿ ట్రాన్స్‌ਮਿਸ਼ਨ ਕਾਫੀ ਵਧੀਆ ਟਰੈਕਟਰ ਵਿੱਚ ਲਗਾਇਆ ਹੋਇਆ ਕੰਪਨੀ ਵੱਲੋਂ ਤੇ ਇਹ ਟਰੈਕਟਰ ਦੇ ਵਿੱਚ ਆਪਾਂ ਨੂੰ ਆਪਸ਼ਨਲ 16 ਦੇ ਟਾਇਰ ਵੀ ਆਪਾਂ ਯੂਜ਼ ਕਰ ਸਕਦੇ ਆ ਜਿਹੜਾ ਆਪਣਾ ਇਹ ਟਰੈਕਟਰ ਆ ਕਲੋਸ ਕਰਦਾ 3R 1040 ਇੰਜਣ ਦੇ ਨਾਲ ਆਉਂਦਾ। ਲਓ ਜੀ ਮੀਟਾ ਦੀ ਲਿਫਟ ਚੈੱਕ ਕਰ ਲਓ। ਤੇ ਇੱਧਰ ਆਪਣਾ ਆਰਟੀ ਲੀਵਰ ਆ ਸਾਈਡ ਤੇ ਹਾਈ ਲੋ 20 ਸਪੀਡਾਂ ਦੇ ਨਾਲ ਟਰਾਂਸਮਿਸ਼ਨਰ ਡਾਇਰੈਕਟਰ ਦਾ। ਲਓ ਜੀ ਚੈੱਕ ਕਰ ਲਓ ਡਿਟੇਲ ਟਰੈਕਟਰ ਦੀ। ਬਾਕੀ ਹੁਣ ਟਰੈਕਟਰ ਦੀ ਜਿਹੜੀ ਲੋਕਾ ਕਾਫੀ ਵਧੀਆ ਡਿਜ਼ਾਈਨ ਕਰੀ ਹੋਈ ਕੰਪਨੀ ਵੱਲੋਂ ਤੇ ਫਰੰਟ ਟਾਇਰਾਂ ਦੀ ਗੱਲ ਕਰੀਏ ਕਿਸਾਨ ਵੀਰੋ 750 16 ਦੇ ਫਰੰਟ ਟਾਇਰ ਨੇ ਟਰੈਕਟਰ ਦੇ ਵਿੱਚ ਜਾਨੀ ਕਿ ਕਾਫੀ ਵਧੀਆ ਸੁਧਾਰ ਕਰਕੇ ਟਰੈਕਟਰ ਨੂੰ ਡਿਜ਼ਾਈਨ ਕਰਿਆ ਕੰਪਨੀ ਨੇ ਤੇ ਹੁਣ ਆਪਾਂ ਇਹ ਕਿਸਾਨ ਵੀਰੋ ਦੇ ਇੰਜਣ ਦੀ ਗੱਲ ਕਰਾਂਗੇ ਜਿਹੜਾ ਇਹਦੇ ਇੰਜਣ ਆ ਕਿਸਾਨ ਵੀਰੋ 4 ਸਟੋਕ ਇੰਜਣ ਆ 3 ਸਿਲੰਡਰ ਦੇ ਨਾਲ ਪਿਓਰ ਪੂਨੇ ਵਾਲਾ ਇੰਜਣ ਆ ਕਲੋਸ ਕਰ ਬਾਕੀ ਜੇ ਟਰੈਕਟਰ ਦੀ ਆਪਾਂ ਨਿਊਟਨ ਮੀਟਰ ਟਾਰਕ ਦੀ ਗੱਲ ਕਰੀਏ ਕਿਸਾਨ ਵੀਰੋ 2000 RPM ਤੇ ਆਪਣਾ 188 ਨਿਊਟਨ ਮੀਟਰ ਟਾਰਕ ਪੂਰਾ ਕਰਦਾ 3 ਸਿਲੰਡਰ ਬੋਸ਼ ਦੇ ਇਨਲਾਈਨ ਪੰਪ ਦੇ ਨਾਲ ਆ ਟਰੈਕਟਰ ਜੋ ਕਿ ਇਸ ਟਰੈਕਟਰ ਨੂੰ ਖਾਸ ਬਣਾਉਂਦੀ ਆ ਸਭ ਤੋਂ ਪਹਿਲੀ ਗੱਲ ਇੰਜਨ ਦੂਸਰਾ ਹੈਗਾ ਟਰਾਂਸਮਿਸ਼ਨ ਜੋ ਕਿ ਕੰਪਨੀ ਵੱਲੋਂ ਬੈਸਟ ਕੁਆਲਿਟੀ ਦੇ ਲਗਾਏ ਗਏ ਨੇ ਤੇ ਆਪਾਂ ਆਪਣਾ ਖਰਚਾ ਡੀਜ਼ਲ ਖ ਘਟਾ ਸਕਦੇ ਆ ਪ੍ਰਤੀ ਏਕੜ ਲਓ ਜੀ ਇੰਜਨ ਚੈੱਕ ਕਰ ਲਓ ਕਲੋਸ ਕਰਦਾ ਤਾਂ ਕਿਸਾਨ ਵੀਰੋ ਜਿਹੜੀ ਇਹਦੀ ਬੈਟਰੀ ਆ 프ਰੰਟ ਤੇ ਦਿੱਤੀ ਹੋਈ ਆ ਕੰਪਨੀ ਵੱਲੋਂ ਬੋਨਟ ਦੇ ਅੰਦਰ ਆ ਵੈਂਟਰੀ ਕਾਫੀ ਸੁਧਾਰ ਕਰਕੇ ਟਰੈਕਟਰ ਕੰਪਨੀ ਨੇ ਲਾਂਚ ਕਰਿਆ 20 ਸਪੀਡ ਦੇ ਨਾਲ ਐਗਰੀਕਿੰਗ ਏਕੇ ਟੀ 54 ਬਾਕੀ 50 ਐਚਪੀ ਦਾ ਟਰੈਕਟਰ ਆ ਬਾਕੀ ਲੋਕ ਚੈੱਕ ਕਰ ਲੋ ਬਾਕੀ ਜਿਹੜੇ ਕਿਸਾਨ ਵੀਰਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀਆਂ ਨੇ ਟਰੈਕਟਰ